ਵਾਹਿਗੁਰੂ 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 ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠ ਕੇ ਉਹਨਾਂ ਮਹਾਂਪੁਰਖਾਂ ਨੂੰ ਸ਼ਰਧਾ ਦੇ ਅਤੀਤ ਦੇ ਫੁੱਲ ਭੇਟ ਕਰ ਰਹੇ ਗੁਰੂ ਸਵਾਰਿਓ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ। ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਜਿਨ੍ਹਾਂ ਦੀ ਮਿੱਠੀ ਜਾਤ ਦੇ ਸੰਬੰਧ ਦੇ ਵਿੱਚ 20ਵਾਂ ਸਮਾਗਮ ਸਾਰੀਆਂ ਸੰਗਤਾਂ ਰਲ ਮਿਲ ਕੇ ਆਪਾਂ ਮਨਾ ਰਹੀਆਂ ਹਾਂ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਬਾਣੀ ਦੇ ਨਾਲ ਜੋੜ ਕੇ ਬਤੀਤ ਕੀਤਾ, ਦੁਨੀਆਂ ਦੇ ਟੁੱਟੇ ਹੋਏ ਲੋਕਾਂ ਨੂੰ ਬਾਣੀ ਦੇ ਨਾਲ ਜੋੜਿਆ ਹੈ। ਕਿਉਂਕਿ ਜਿਹੜੇ ਮਹਾਂਪੁਰਖ ਹੁੰਦੇ ਨੇ ਨਾ, ਉਹ ਹਮੇਸ਼ਾ ਸੂਈ ਦਾ ਕੰਮ ਕਰਿਆ ਕਰਦੇ ਨੇ। ਸੂਈ ਦਾ ਕੰਮ ਹੁੰਦਾ ਹੈ ਵੀ ਉਹਨੇ ਦੁਫਾੜ ਨੂੰ ਸਿਉਂ ਕੇ ਇੱਕ ਕਰ ਦੇਣਾ ਹੈ। ਜਿਹੜੀ ਦੁਨੀਆਂ ਹੁੰਦੀ ਹੈ ਉਹ ਕੈਂਚੀ ਦੀ ਤਰ੍ਹਾਂ ਹੁੰਦੀ ਹੈ, ਕੈਂਚੀ ਦਾ ਕੰਮ ਹੁੰਦਾ ਵੀ ਇੱਕ ਤੋਂ ਦੋ ਕਰਨਾ। ਜਿਹੜੇ ਮਹਾਂਪੁਰਖ ਹੁੰਦੇ ਨੇ ਇਹ ਸੂਈ ਦਾ ਕੰਮ ਕਰਿਆ ਕਰਦੇ ਨੇ, ਇਹਨਾਂ ਦਾ ਕੰਮ ਹੁੰਦਾ ਵੀ ਦੋ ਤੋਂ ਇੱਕ ਕਰਨਾ। ਇਸ ਨਗਰ ਦੇ ਭਾਗ ਜਾਗੇ ਕੈਸ ਨਗਰ ਦੇ ਵਿੱਚ ਉਹ ਨਾਮ ਰੰਗੀ ਰੂਹ ਨੇ ਬੜਾ ਲੰਬਾ ਸਮਾਂ ਬਤੀਤ ਕੀਤਾ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਰਾਜੇ। ਜਿਹੜੀਆਂ ਨਾਮ ਰੰਗੀਆਂ ਰੂਹਾਂ ਹੁੰਦੀਆਂ ਨੇ ਉਹ ਸੱਚ ਦਾ ਬੀਜ ਬੀਜਿਆ ਕਰਦੀਆਂ ਨੇ।
ਜਿੱਥੇ ਕਿਤੇ ਪਾਣੀ ਦਾ ਸੋਮਾ ਪ੍ਰਗਟ ਹੁੰਦਾ ਹੈ ਫਿਰ ਉੱਥੇ ਪਿਆਸੇ ਆਪਣੀ ਪਿਆਸ ਬੁਝਾਉਣ ਦੇ ਲਈ ਆਇਆ ਕਰਦੇ ਨੇ। ਇੱਕ ਨਾਮ ਦਾ ਸੋਮਾ ਹੈ ਭੈਰੋ ਮਾਜਰੇ ਦੀ ਧਰਤੀ ਤੇ ਵਿੱਚ ਪ੍ਰਗਟ ਹੋਇਆ ਜਿਹਨੇ ਨਾਮ ਦੀਆਂ ਕਿਰਨਾਂ ਬਖੇਰੀਆਂ ਨੇ। ਜਿਹੜੀ ਨਾਮ ਰੰਗੀ ਰੂਹ ਹੁੰਦੀ ਹੈ ਉੱਥੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ, ਉੱਥੇ ਪੰਜ ਜਗ੍ਹਾ ਤੋਂ ਸ਼ਕਤੀ ਪ੍ਰਗਟ ਹੋ ਜਾਂਦੀ ਹੈ। ਪਹਿਲਾਂ ਦ੍ਰਿਸ਼ਟੀ ਜਿਹੜੀ ਹੁੰਦੀ ਹੈ ਦ੍ਰਿਸ਼ਟੀ ਵਿੱਚ ਉਹਦੇ ਸ਼ਕਤੀ ਹੋ ਜਾਂਦੀ ਹੈ। ਕਿਤੇ ਮਹਾਂਪੁਰਖ ਦ੍ਰਿਸ਼ਟੀ ਨਾਲ ਤੱਕ ਲੈਣ ਉਹ ਦੁੱਖਾਂ ਕਲਸ਼ਾਂ ਦਾ ਨਾਸ਼ ਕਰ ਦਿੰਦੇ ਨੇ। ਕਿਰਪਾ ਕਠਾ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਜਿਹੜੀ ਦੂਜਾ ਵਾਸਤਾ ਉਹਨਾਂ ਦੀ ਰਸਨਾ ਹੋ ਜਾਂਦਾ ਹੈ, ਪ੍ਰਭ ਜੀ ਵਸੈ ਸਾਧਕੀ ਰਸਨਾ, ਫਿਰ ਜੋ ਮੁੱਖ ਤੋਂ ਕਹਿੰਦੇ ਨੇ ਉਹ ਪੂਰਾ ਹੋ ਜਾਂਦਾ ਹੈ। ਤੀਜਾ ਮਾਸ ਉਹਨਾਂ ਦੇ ਹਿਰਦੇ ਵਿੱਚ ਹੋ ਜਾਂਦਾ, ਉਹਦੇ ਚਿੱਤਨ ਵਿੱਚ ਹੋ ਜਾਂਦਾ ਹੈ ਵੀ ਦੂਜੇ ਦਾ ਚਿੱਤ ਬਣਾ ਕੇ ਆਪਣੇ ਹਿਰਦੇ ਵਿੱਚ ਧਾਰ ਲੈਣ, ਮਾਲਕ ਕੋਲ ਅਰਦਾਸ ਕਰ ਦੇਣ, ਉਹ ਚਿੱਤ ਕੇ ਵੀ ਦੂਜੇ ਦਾ ਭਲਾ ਕਰ ਦਿੰਦੇ ਨੇ। ਜੋ ਜੋ ਚਿੱਤ ਵੈ ਸਾਧ ਜਨ ਸੋ ਲੇਤਾ ਮਾਣ। ਚਿੱਤਨ ਦੇ ਵਿੱਚ ਵੀ ਉਹਨਾਂ ਦੇ ਐਸੀ ਸ਼ਕਤੀ ਪੈਦਾ ਹੋ ਜਾਂਦੀ ਵੀ ਦਿਲ ਕਿਸੇ ਦਾ ਭਲਾ ਕਰਨਾ, ਅੰਦਰ ਚਿੱਤ ਲੈਣ ਉਹਦਾ ਭਲਾ ਹੋ ਜਾਂਦਾ ਹੈ। ਉਹਨਾਂ ਦੇ ਹੱਥਾਂ ਵਿੱਚ ਸ਼ਕਤੀ ਹੋ ਜਾਂਦੀ ਹੈ, ਉਹਨਾਂ ਦੇ ਚਰਨਾਂ ਕਮਲਾਂ ਵਿੱਚ ਸ਼ਕਤੀ ਪੈਦਾ ਹੋ ਜਾਂਦੀ ਹੈ। ਸ਼ਕਤੀ ਪੈਦਾ ਹੋਈ ਬਾਬਾ ਕਰਤਾਰ ਸਿੰਘ ਜੀ ਜਿਨ੍ਹਾਂ ਨੇ ਕਿ ਸੱਚ ਦੀ ਮੂਰਤ ਇਸ ਨਗਰ ਦੇ ਵਿੱਚ ਆ ਕੇ ਭਜਨ ਬੰਦਗੀ ਦਾ ਪ੍ਰਕਾਸ਼ ਕੀਤਾ ਹੈ। ਉਹਨਾਂ ਸੰਤਾਂ ਮਹਾਂਪੁਰਖਾਂ ਦੀ ਮਹਿਮਾ ਚਮਕੌਰ ਸਾਹਿਬ ਦਾ ਢਾਡੀ ਦਾ ਆਪਣੀ ਖਿਦਮਤ ਵਿੱਚ ਇਉਂ ਕਹਿੰਦਾ ਹੈ। ਕਰਤਾਰ ਸਿੰਘ ਨੇ ਜਿਹਦੇ ਨੀ ਤੋਂ ਮਾਰੀ ਉਹਦੇ ਕੱਟ ਤੇ ਜੰਜਾਲ ਜੀ, ਹੱਲ ਕਰ ਦਿੱਤੇ ਮਨ ਵਿਚਲੇ ਸਵਾਲ ਜੀ, ਜਿਹਦੇ ਨੀ ਤੋਂ ਮਾਰੀ ਉਹਦੇ ਕੱਟ ਤੇ ਜੰਜਾਲ ਜੀ, ਹੱਲ ਕਰ ਦਿੱਤੇ ਮਨ ਵਿਚਲੇ ਸਵਾਲ ਜੀ, ਕਿੰਨੇ ਦੁਖੀਆਂ ਦਾ ਦੁੱਖੜਾ ਨਿਵਾਰਿਆ ਸੰਤ ਕਰਤਾਰ ਸਿੰਘ ਨੇ, ਹੜੀ ਨਾਲ ਲਾ ਕੇ ਦੁਨੀਆਂ ਨੂੰ ਤਾਰਿਆ ਸੰਤ ਕਰਤਾਰ ਸਿੰਘ ਨੇ। ਚਰਨਾ ਤੇ ਆਏ ਜੋ ਮੈਂ ਕਾਇਆ ਚ ਬੰਦ ਤੇਨੇ ਬੂਟੇ ਤੇਰੇ ਲਾਏ ਜੋ ਜੁੜੇ ਕਰ ਤਾਰ ਨਾਲ ਚਰਨਾ ਤੇ ਆਏ ਜੋ ਇਜ ਨਾਮ ਵਾਲਾ ਜਿੱਥੇ ਵੀ ਖਿਲਾਰਿਆ ਸੰਤ ਕਰਤਾਰ ਸਿੰਘ ਨੇ, ਹਣੀ ਨਾਲ ਲਾ ਕੇ ਦੁਨੀਆਂ ਨੂੰ ਤਾਰਿਆ ਸੰਤ ਕਰਤਾਰ ਸਿੰਘ ਨੇ। ਜੋੜ ਜੋੜ ਸੰਗਤਾਂ ਨੂੰ ਸ਼ਬਦ ਸੁਣਾ ਦੀਏ, ਕਿਤੇ ਉਪਕਾਰ ਤੇਰੇ ਕਿੰਨੇ ਕੁ ਸੁਣਾ ਦੀਏ, ਜੋੜ ਜੋੜ ਸੰਗਤਾਂ ਨੂੰ ਸ਼ਬਦ ਸੁਣਾ ਦੀਏ, ਸਾਡੇ ਉੱਤੇ ਕਰੀ ਰਹਿਮਤਾਂ ਪਿਆਰਿਆ ਸੰਤ ਕਰਤਾਰ ਸਿੰਘ ਨੇ, ਹਣੀ ਨਾਲ ਲਾ ਕੇ
दुनिया नु तारिया संत करतार सिंह ने ਜਪਦੀਆਂ ਰਹਿੰਦੀਆਂ ਮਿਲਣਾ ਨੀ ਤੇਰੇ ਜਿਹਾਂ ਸੰਗਤਾਂ ਨੇ ਕਹਿੰਦੀਆਂ ਸ਼ੇਰ ਰਸੀਲੇ ਨਾਮ ਜਪਦੀਆਂ ਰਹਿੰਦੀਆਂ ਤੇ ਜਪਦੀਆਂ ਰਹਿੰਦੀਆਂ ਕਿਲੋ ਬਿਰਹੋ ਵਿਛੋੜਾ ਨਾ ਸਹਾਰਿਆ ਸੰਤ ਕਰਤਾਰ ਸਿੰਘ ਨੇ ਪਾਣੀ ਨਾਲ ਲਾ ਕੇ ਦੁਨੀਆਂ ਨੂੰ ਤਾਰਿਆ ਸੰਤ ਕਰਤਾਰ ਸਿੰਘ ਨੇ ਪਾਣੀ ਨਾਲ ਲਾ ਕੇ ਦੁਨੀਆਂ ਨੂੰ ਤਾਰਿਆ ਸੰਤ ਕਰਤਾਰ ਸਿੰਘ ਨੇ ਗਰਮੀ ਸਰਦੀ ਤਾਂ ਆ ਕੇ ਲੰਘ ਜਾਂਦੀ ਫੱਗਣ ਚੇਤ ਜੇ ਜਹੀ ਬਸੰਤ ਕੋਈ ਨਾ ਦਾਨੀ ਬਿਕਰਮਾ ਜੀ ਤੇ ਕਰਨ ਹੋਏ ਜਿੱਤੇ ਕਾਮ ਨੂੰ ਸ਼ਿਵਾ ਜੀ ਅਕੰਤ ਕੋਈ ਨਾ ਸੁਧ ਸੋਨਾ ਨੀ ਲੱਭਦਾ ਜੱਗ ਉੱਤੇ ਪਿੱਤਲ ਤਾਂਬੇ ਮੁਲੰਮੇ ਦਾ ਅੰਤ ਕੋਈ ਨਾ ਭਾਵੇਂ ਲੱਖਾਂ ਹੀ ਮੱਤਾਂ ਦੇ ਹੋਏ ਸਾਧੂ ਗੁਰੂ ਨਾਨਕ ਦੇ ਸੰਤਾਂ ਜਿਹਾ ਸੰਤ ਕੋਈ ਨਾ ਧੰਨ ਧੰਨ ਬਾਬਾ ਕਰਤਾਰ ਸਿੰਘ ਜੀ ਜਿਨ੍ਹਾਂ ਨੇ ਨਾਮ ਵੀ ਕਰਤਾਰ ਸੀ ਪਰ ਦੁਨੀਆਂ ਨੂੰ ਜੋੜ ਵੀ ਕਰਤਾਰ ਦੇ ਨਾਲ ਗਏ ਨੇ ਸੱਚ ਦੇ ਰਾਹ ਦੇ ਪੰਥ ਹੀ ਬਣਾ ਕੇ ਗਏ ਨੇ ਹਰ ਇੱਕ ਨੂੰ ਮਾਲਕ ਦੇ ਨਾਲ ਜੋੜਿਆ ਏ ਜਿਨ੍ਹਾਂ ਨੇ ਆਖਿਆ ਵੀ ਸ਼ਬਦ ਦੇ ਨਾਲ ਜੁੜ ਜਾਓ ਸ਼ਬਦ ਜਾਪ ਕਰੋ ਬਾਣੀ ਬਾਣੇ ਦੇ ਧਾਰਨੀ ਹੋਵੋ ਪਰ ਅੱਜ ਅਸੀਂ ਸਾਡੇ ਬੱਚੇ ਬਾਣੀ ਬਾਣੇ ਦੇ ਨਾਲੋਂ ਟੁੱਟਦੇ ਜਾ ਰਹੇ ਨੇ ਜਿਨ੍ਹਾਂ ਨੇ ਸਾਨੂੰ ਬਾਣੀ ਦੇ ਨਾਲ ਜੋੜਿਆ ਏ ਜਿਨ੍ਹਾਂ ਨੇ ਸਾਨੂੰ ਸੱਚ ਦੇ ਰਾਹ ਦੇ ਪੰਥੀ ਬਣਾਇਆ ਏ ਕਿ ਜੇ ਜੀਆ ਤੂੰ ਜ਼ਿੰਦਗੀ ਲੋੜਦਾ ਏ ਪਰ ਪੁਕਾਰ ਦੇ ਲਈ ਹਲਾਕੋ ਸਾ ਲਾਦੇ ਦੂਈ ਦਵੈਤ ਦੀ ਮਹਿਲ ਦਿਲ ਤੋਂ ਤਾਣ ਮਾਣ ਛੱਡ ਕੇ ਹੌਲਾ ਪਾ ਘੋਸਾ ਉਹ ਜੁਗਤੀ ਨਾਲ ਜੇ ਮੁਕਤੀ ਲੋੜਦਾ ਏ ਚੌਧਰ ਪਣਾ ਤੂੰ ਛੱਡ ਕੇ ਚਾਕ ਹੋ ਜਾ ਅੱਖਾਂ ਵਿੱਚ ਵਸਾਉਣਗੇ ਲੋਕ ਤੈਨੂੰ ਗੁਰੂ ਨਾਨਕ ਦੇ ਚਰਨਾਂ ਦੀ ਖਾਕ ਹੋ ਜਾ ਜਿਹੜਾ ਸਾਨੂੰ ਸੱਚ ਦੇ ਰਾਹ ਦੇ ਪੰਧੀ ਬਣਾਉਂਦਾ ਰਿਹਾ ਏ ਪਰ ਸਾਡੇ ਬੱਚੇ ਅੱਜ ਸਿੱਖੀ ਨੂੰ ਛੱਡਦੇ ਜਾ ਰਹੇ ਨੇ ਤਿੱਖੀ ਤਲਵਾਰ ਨੇ ਸਾਨੂੰ ਹੈ ਜਨਮ ਦਿੱਤਾ ਗੁਰਤੀ ਮਿਲੀ ਹੈ ਖੰਡੇ ਦੀ ਧਾਰ ਵਿੱਚੋਂ ਸਾਵਤ ਸੂਰਤ ਸਿਰ ਦਸਤਾਰ ਸੋਹਣੀ ਸਾਡਾ ਵੱਖਰਾ ਰੂਪ ਜਹਾਨ ਵਿੱਚੋਂ ਉਹ ਪੱਗ ਬੰਦ ਕੱਟੇ ਸੀ ਨਾ ਕੀਤੀ ਲੱਖਾਂ ਹੋਣੀਆਂ ਸਾਤੋਂ ਹਾਰੀਆਂ ਨੇ ਲੋਕੀ ਐਵੇਂ ਨੀ ਸਾਨੂੰ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਜਿਹੜੀ ਸਰਦਾਰੀ ਨੂੰ ਸਾਡੇ ਬੱਚੇ ਅੱਜ ਛੱਡਦੇ ਜਾ ਰਹੇ ਨੇ ਸਾਡੇ ਬੱਚੇ ਸਿੱਖੀ ਨੂੰ ਛੱਡਦੇ ਜਾ ਰਹੇ ਨੇ ਇਹਨਾਂ ਨੂੰ ਸਿਰਾਂ ਤੇ ਆ ਦਸਤਾਰ ਭਾਰੀ ਲੱਗਣ ਲੱਗ ਪਈ ਹੈ ਉੱਥੇ ਕੇਰਾ ਤੋਂ ਸੁੱਤਿਆ ਹੀਰਿਆ ਹੋਏ ਪੱਗ ਕੇਸਰੀ ਰਹੀ ਵਗਾਰ ਤੈਨੂੰ ਅੱਜ ਵੀ ਕੰਧ ਸਰਹੱਦ ਦੀ ਦੱਸਦੀ ਏ ਮਿਲੀ ਕਿਸ ਤਰ੍ਹਾਂ ਇਹ ਦਸਤਾਰ ਤੈਨੂੰ ਵੀਰਾ ਮੇਰਿਆ ਇਹਨੂੰ ਸੰਭਾਲ ਰੱਖੀ ਵੀ ਤਾਜ ਸੌਂਪਿਆ ਕਲਗੀ ਧਾਰ ਤੈਨੂੰ ਜਿਹਦੇ ਲਾਲਾ ਨੇ ਪੱਗ ਦੀ ਲਾਜ ਰੱਖੀ ਭੁੱਲ ਗਿਆ ਤੂੰ ਦਸਵਾ ਅਵਤਾਰ ਤੈਨੂੰ ਕੇਸਗੜ ਵਿੱਚ ਚਲ ਗਿਆ ਬਾਲੜੇ ਨੇ ਉਹ ਥਾਪਿਆ ਪੱਗ ਦਾ ਸੀ ਪਹਿਰੇਦਾਰ ਤੈਨੂੰ ਮੁੱਲ ਸਿਰਾਂ ਦੇ ਤਾਰ ਕੇ ਭੋਲਿਆ ਹੋਏ ਪੱਗ ਬੰਨਣ ਦਾ ਮਿਲਿਆ ਅਧਿਕਾਰ ਤੈਨੂੰ ਪਰ ਭੁੱਖੇ ਕੁਰਸੀਆਂ ਦੇ ਕੀ ਰੋਲਦੇ ਰਹੇ ਤੂੰ ਸਾਂਭਣੀ ਸੰਭਲਾ ਮਾਰ ਤੈਨੂੰ ਆਓ ਜਿਹੜੀ ਦਸਤਾਰ ਵਾਸਤੇ ਕਲਗੀਧਰ ਪਾਤਸ਼ਾਹ ਨੇ ਆਪਣਾ ਜੀਵਨ ਨਿਰਭਰ ਕੀਤਾ ਹੈ ਸਾਨੂੰ ਬਾਣੀ ਬਣ ਦੇ ਧਾਰਨੀ ਬਣਾਇਆ ਵੀ ਝਾਤੀ ਮਾਰੋ ਕਿ ਸਿੱਖ ਇਤਿਹਾਸ ਕਹਿੰਦਾ ਪਿਤਾ ਵਾਰ ਕੇ ਧਰਮ ਮਚਾ ਗਿਆ ਹੈ ਨੀਆਂ ਸਿੱਖੀ ਦੀਆਂ ਪੱਕੀਆਂ ਕਿਰਤ ਖਤਰ ਚੌਹਾਂ ਪੁੱਤਾਂ ਦੀ ਰੱਤ ਵਿੱਚ ਪਾ ਗਿਆ ਹੈ ਰੱਖੀ ਸਿੰਘਾਂ ਨੇ ਸਿੱਖੀ ਦੀ ਸ਼ਾਨ ਉੱਚੀ ਉਹ ਸਿੱਖ ਬੰਦਵਾਨ ਆਪਣਾ ਕਟਾ ਗਿਆ ਹੈ ਬਾਬਾ ਦੀਪ ਸਿੰਘ ਤਲੀ ਤੇ ਸੀਸ ਧਰਿਆ ਕੋਈ ਕੇਸਾਂ ਸਣੇ ਖੋਪਰ ਲੁਹਾ ਗਿਆ ਏ
ਸ਼ੇਰ ਅੱਜ ਦਾ ਸਿੱਖ ਦਸ਼ਮੇਸ਼ ਜੀ ਦੇ ਪਰਉਪਕਾਰ ਸੀਲੇ ਭੁਲਾ ਗਿਆ ਏ ਭੂਲੇ ਸਿੱਖ ਗੁਰੂ ਸਮਝਾਏ ਉੱਧੜ ਜਾਂਦੇ ਮਾਰਗ ਪਾਏ ਸਿੱਖੀ ਦੇ ਵਾਰਸੋ ਆਓ ਆਪਣੇ ਵਿਰਸੇ ਨੂੰ ਸੰਭਾਲੀਏ ਬਾਣੀ ਬਾਣੇ ਦੇ ਧਾਰਨੀ ਹੋਈਏ ਗਿਆਨੀ ਬਲਵੀਰ ਸਿੰਘ ਸੀਲੇ ਦਾ ਢਾਡੀ ਜਥਾ ਸਿੱਖ ਕੌਮ ਦਾ ਸੰਦੇਸ਼ ਸਿੱਖ ਪੰਥ ਦੇ ਦਰਦੀਆਂ ਨੂੰ ਕੁਝ ਕਿਉਂ ਕਹਿੰਦਾ Thank you.
ਪੁੱਛੇ ਤੇ ਸਹਾਰਿਆ ਦੇਸ਼ ਕੌਮ ਲਈ ਗੁਰਾਂ ਸਿਰ ਵੰਸ ਵਾਰਿਆ ਸ਼ੇਰ ਰਸੀਲੇ ਬੱਟ ਸੀਨੇ ਤੇ ਸਹਾਰਿਆ ਰਾਜਾ ਵਾਲਾ ਜੇ ਨਾ ਹੀਰੇ ਵਹਾਰਦਾ ਸੁਨਤ ਸਾਰੀ ਕੁੱਲ ਦੀ ਹਮ ਲੋ ਸਿੱਖੀ ਦਿਓ ਵਾਰਸੋ ਮਿਲੀ ਸਰਦਾਰੀ ਮਹਿੰਗੇ ਮੁੱਲ ਦੀ ਹਮ ਲੋ ਸਿੱਖੀ ਦਿਓ ਵਾਰਸੋ ਮਿਲੀ ਸਰਦਾਰੀ ਮਹਿੰਗੇ ਮੁੱਲ ਦੀ ਛਾਏ ਜਾਤੀ ਏਕਤਾ ਨੇਕਤਾ ਬਲੋਏ ਜਾਤੀ ਹੋਵਤੀ ਕੁਤੀਲਤਾ ਕੁਤੇਵਤ ਕੁਰਾਨ ਕੀ ਪਾਪ ਪਰਪਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦਿਹੋਰੇ ਸੰਤੋਖ ਸਿੰਘ ਦੂਰ ਹੋਤੇ ਵੀ ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਵਿੱਤਰ ਸੂਰੇ ਮੂਰਤ ਨਾ ਹੋਤੀ ਜੇਕਰ ਕਰੁਣਾ ਨਿਧਾਨ ਕੀ ਔਰ ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਫਿਰ ਬਾਣੀ ਬਾਣੀ ਦੇ ਧਾਰਨੀ ਹੋਈਏ ਮਹਾਂਪੁਰਖਾਂ ਦੇ ਜਿੰਨੇ ਸਥਾਨ ਤੇ ਗੁਰੂ ਦੇ ਪਿਆਰੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਲਉਂਗੇ ਸਾਹਿਬ ਜੀ ਦਾ ਬਹੁਤ ਹੀ ਸਤਿਕਾਰਯੋਗ ਬਾਬਾ ਅੰਮ੍ਰਿਤ ਸਿੰਘ ਜੀ ਬਾਬਾ ਸੁਖਪਾਲ ਸਿੰਘ ਜੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਔਰ ਅਗਲਾ ਜੋ ਢਾਡੀ ਜਥਾ ਹੈ ਬਲਵਿੰਦਰ ਸਿੰਘ ਜੀ ਬਗੀਚਾ ਜੋ ਕਿ ਵਾਸੂ ਜਬਾਨ ਨੇ ਉਹਨਾਂ ਨੇ ਹਾਜ਼ਰੀਆਂ ਭਰਨੀਆਂ ਤੁਹਾਡਾ ਆਪਣਾ ਢਾਡੀ ਜਥਾ ਦੇ ਭਾਈ ਬਲਵੀਰ ਸਿੰਘ ਰਸੀਲਾ ਭੁੱਜ ਮਾਜਰੇ ਵਾਲੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਬਖਸ਼ੋ ਛੁੱਟੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।